ਤੋਂ ਬਿਨਾਂ ਸਰਕਾਰ ਨੂੰ ਕੋਈ ਕੰਮ ਨਹੀਂ ਹੈ ਤਾਂ ਅਗਲੀ ਸਰਕਾਰ ਦੇ ਲਈ ਕਰਜ਼ ਉਤਾਰਨਾ ਔਖਾ ਹੋ ਜਾਏਗਾ ਔਰ ਸਰਕਾਰ ਲਿੰਕ ਕਰਨ ਦੇ ਲਈ ਕਰਜ਼ਾ ਨਹੀਂ ਵਿਜਨ ਦੀ ਲੋੜ ਹੈ ਸੁਖਬੀਰ ਬਾਦਲ ਨੇ ਵੀ ਕਿਹਾ ਤਾਂ ਜਦੋਂ ਚੰਡੀਗੜ੍ਹ ਮੀਟਿੰਗ ਦੇ ਵਿੱਚ ਪਹੁੰਚੇ ਸਨ ਉਸ ਸਮੇਂ ਇਹ ਗੱਲਬਾਤ ਕੀਤੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਨਾ ਉਹਨੇ ਪਿਛਲੇ 2-2.5 ਸਾਲ ਪੱਠਾ ਪਾ ਦਿੱਤਾ ਕਰਜ਼ੇ ਤੋਂ ਬਗੈਰ ਕੋਈ ਕੰਮ ਹੀ ਨਹੀਂ ਕੋਈ ਵਿਜ਼ਨ ਹੀ ਨਹੀਂ ਕਿ ਮੈਂ ਕਿਵੇਂ ਜਨਰੇਟ ਕਰਾਂ ਰੈਵਨਿਊ ਕਿਵੇਂ ਅਸੀਂ ਆਪਣੀ ਰੈਵਨਿਊਜ਼ ਇਨਕਰੀਜ਼ ਕਰਕੇ ਕਿਵੇਂ ਆਪਾਂ ਸੇਫ ਮੈਨੇਜਮੈਂਟ ਕਰਨੀ ਹੈ ਕਿਉਂਕਿ ਉਹਨੂੰ ਐਕਸਪੀਰੀਅੰਸ ਹੈ ਨਹੀਂ ਮੈਨੇਜਮੈਂਟ ਦਾ ਅਤੇ ਮੈਨੂੰ ਤਾਂ ਐਂ ਲੱਗਦਾ ਜਦੋਂ ਜਾਣਗੇ ਐਡਾ ਭਾਰੀ ਕਰਜ਼ਾ ਪਾ ਦੇਣਗੇ ਅਗਲੀ ਸਰਕਾਰ ਨੂੰ ਤਾਂ ਬਹੁਤ ਔਖਾ ਹੋ ਜਾਣਾ ਉਧਰ ਅਕਾਲੀ ਦਲ ਦੇ ਕਲੇਸ਼ ਤੇ ਸੀਐਮ ਮਾਨ ਦਾ ਬਿਆਨ ਆਇਆ ਹੈ ਕਿ 25 ਸਾਲ ਰਾਜ ਕਰਨ ਵਾਲਿਆਂ ਦਾ ਹਾਲ ਨਵੋ ਸੀਐਮ ਨੇ ਕਿਹਾ ਪਹਿਲੀ ਵਾਰ ਹੋਇਆ ਜਦ ਤੱਕੜੀ ਕਿਸੇ ਹੋਰ ਦੇ ਕੋਲ ਹੈ ਸੁਖਬੀਰ ਬਾਦਲ ਬੀਐਸਪੀ ਦਾ ਸਪੋਰਟ ਕਰ ਰਹੇ ਨੇ ਔਰ ਪਹਿਲੀ ਵਾਰ ਹੋਇਆ ਜਦੋਂ ਤੱਕੜੀ ਹਾਥੀ ਦੇ ਵਿੱਚ ਤੁਰ ਪਈ ਤਾਂ ਇਹ ਬਿਆਨ ਦਿੱਤਾ ਹੈ ਦੱਸਦੇ ਕਿ ਸੰਗਰੂਰ ਪਹੁੰਚੇ ਹੋਏ ਸਨ ਸੀਐਮ ਭਗਵੰਤ ਮਾਨ ਜਿਸ ਮੌਕੇ ਤੇ ਉਹਨਾਂ ਨੇ ਇਹ ਕਿਹਾ ਉਹ ਦੇਖ ਲਓ 25 ਸਾਲ ਕਰਾਂਗੇ ਰਾਜ ਵਾਲਿਆਂ ਦਾ ਹਾਲ ਦੇਖ ਲਓ ਕੀ ਹੋਇਆ ਪਿਆ ਉਹ ਉਹਨੂੰ ਗਾਣਾ ਕੱਢੀ ਜਾਂਦਾ ਉਹ ਉਹਨੂੰ ਕੱਢੀ ਜਾਂਦਾ ਪਹਿਲੀ ਵਾਰ ਹੋ ਰਿਹਾ ਹਿਸਟਰੀ 'ਚ ਜਲੰਧਰ 'ਚ ਤੱਕੜੀ ਕਿਸੇ ਹੋਰ ਕੋਲ ਆ ਸੁਖਬੀਰ ਬਾਦਲ ਬਸਪਾ ਦੀ ਸਪੋਰਟ ਕਰ ਰਿਹਾ ਹਾਥੀ ਨੂੰ ਪਹਿਲੀ ਵਾਰ ਤੱਕੜੀ ਹਾਥੀ 'ਚ ਤੁਲੀ ਹੈ ਜਾਂ ਹਾਥੀ ਤੱਕੜੀ 'ਚ ਤੁਲਿਆ ਦੱਸੋ ਆਹ ਹਾਲਤ ਹੋ ਗਈ ਇਹਨਾਂ ਦੀ ਮੈਂ ਤੁਹਾਨੂੰ ਕਹਿੰਦਾ ਰਿਹਾ ਮੇਰੇ ਬੱਤੀ ਦੰਦ ਨੇ ਉਹ ਮੇਥੋਂ ਨਾ ਕਹਾਇਆ ਕਰੋ ਕੁਛ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇੱਥੋਂ MP ਲੜ ਰਿਹਾ ਸੀ ਮੈਨੂੰ ਪੱਤਰਕਾਰ ਕਹਿੰਦੇ ਅਕਾਲੀ ਦਲ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 'ਚ ਸ਼ੁਰੂ 2019 'ਚ ਖਤਮ 99 ਸਾਲਾਂ ਲਈ ਜਾ ਮੈਂ ਕਿਹਾ ਖਤਮ ਤਾਂ 19 'ਚ ਹੀ ਹੋ ਗਏ ਸੀ ਉਹ ਜਿਵੇਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜਾਂ ਨਹੀਂ ਕੋਲ ਤਾਂ ਪੂਛ ਜੀ ਹਿਲਦੀ ਰਹਿੰਦੀ ਹੈ ਉਹ 2-3 ਸਾਲ ਲੱਗ ਗਿਆ ਉਹ ਨਿਬੜ ਗਿਆ ਕੰਮ ਹੋ ਗਿਆ ਕੰਮ ਕਾਰਨ ਭਗਵੰਤ ਮਾਨ ਨਹੀਂ ਹੈਗਾ ਕਾਰਨ ਲੋਕ ਵੀ ਨਹੀਂ ਹੈਗੇ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਨੇ ਜੀ ਬਾਬੇ ਨਾਨਕ ਦੀ ਤੱਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਤੀ ਸਜ਼ਾ ਤਾਂ ਦੇਊਗਾ ਬਾਈ ਉਹਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜ੍ਹੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਉਹ ਪਰਮਾਤਮਾ ਵਾਲੀ ਚੱਕੀ ਆ ਪੀਤੀ ਕਰ ਲਓ ਹੁਣ ਗੱਲ ਇੱਕ ਦੂਜੇ ਨਾਲ ਗਾਲੋ ਗਾਲੀ ਹੋਏ ਪਏ ਨੇ ਮਤਲਬ ਜੇ ਬੀਬਾ ਹਰਸਿਮਰਤ ਵਾਲੀਆਂ ਵੋਟਾਂ ਕੱਢ ਦਈਏ ਟੋਟਲ ਵੋਟਾਂ ਹੀ 6-7% ਨੇ ਪਈਆਂ ਨੇ ਉਹ ਚੰਦੂ ਮਾਦਰੇ ਹੋਰ ਹੀ ਲੱਗੇ ਹੋਏ ਉਧਰੋਂ ਇਹ ਸਾਨੂੰ ਮਰਵਾਤ ਆਏ ਨੇ ਹੁਣ ਕੀ ਰਹਿ ਗਿਆ ਇੱਧਰੋਂ ਇਹ ਕਹਿੰਦਾ ਮੈਂ ਮੇਨ ਆ ਮੈਂ ਪ੍ਰਧਾਨ ਆ ਹਜੇ ਵੀ ਪ੍ਰਧਾਨ ਗਿਆ ਨਹੀਂ ਛੱਡਦੇ ਹੱਦ ਹੈ ਯਾਰ ਰੱਸੀ ਜਲ ਗਈ ਬਲ ਨਹੀਂ ਗਿਆ ਉਹ ਗੱਲ ਹੈ